ਸਾਰੇ ਸਰੋਤਿਆਂ ਨੂੰ ਗੁਰਫਤਿਹ ਸਤਿ ਸ੍ਰੀ ਅਕਾਲ। ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਇਹ ਵੈਬ ਟੀ ਵੀ ਚਲਾਇਆ ਜਾ ਰਿਹਾ ਹੈ ਜਿਹਦੇ ਵਿੱਚ ਸਾਡੇ 19 ਵੱਖ ਵੱਖ ਅਦਾਰਿਆਂ ਦੇ ਇਤਿਹਾਸ, ਇਹਨਾਂ ਦੀਆਂ ਗਤੀਵਿਧੀਆਂ, ਇਹਨਾਂ ਵਿੱਚ ਚੱਲਦੇ ਅਕੈਡਮਿਕ ਪ੍ਰੋਗਰਾਮਾਂ ਦਾ ਵੇਰਵਾ ਜਿਹੜਾ ਆ ਉਹ ਸਰੋਤੇ ਸਾਡੇ ਦਰਸ਼ਕ ਘਰੀ ਬੈਠੇ ਵੇਖ ਸਕਣਗੇ। ਸਾਡਾ ਇਹ ਖਾਲਸਾ ਕਾਲਜ ਦੀ ਗਵਰਨਿੰਗ ਕੌਂਸਲ ਦਾ ਬਹੁਤ ਪੁਰਾਣਾ ਇਤਿਹਾਸ ਆ। ਖਾਲਸਾ ਕਾਲਜ 1892 ਦੇ ਵਿੱਚ ਸਥਾਪਿਤ ਹੋਇਆ ਸੀ। ਉਸ ਤੋਂ ਅੱਗੇ ਇਹਦੇ ਅੱਗੇ ਇਹਦੀਆਂ ਕਈ ਸ਼ਾਖਾਵਾਂ, ਕਈ ਅਦਾਰੇ, ਹੁਣ 19 ਅਦਾਰੇ ਬਣ ਚੁੱਕੇ ਆ ਜਿਹਦੇ ਵਿੱਚ ਵੈਟਨਰੀ, ਫਾਰਮੇਸੀ, ਐਜੂਕੇਸ਼ਨ, ਸਪੋਰਟਸ, ਲਾ ਅਤੇ ਸਾਡੇ ਵੂਮਨ ਕਾਲਜ ਵਗੈਰਾ, ਮਤਲਬ ਸਾਰੇ ਅਦਾਰੇ ਚੱਲ ਰਹੇ ਆ, ਨਾਲ ਸਕੂਲ ਵੀ ਸਾਡੇ ਚੱਲ ਰਹੇ ਆ। ਇਹਦਾ ਮਕਸਦ ਇਹ ਆ ਵੀ ਅੱਜ ਦੀ ਲੇਟੈਸਟ ਟੈਕਨੋਲੋਜੀ ਨਾਲ ਸੰਬੰਧਿਤ ਜਿਹੜਾ ਇਹ ਯੂਟਿਊਬ ਆ, ਇਹ ਵੈਬ ਟੀ ਵੀ ਆ, ਇਹਨਾਂ ਦੇ ਰਾਹੀਂ ਅਸੀਂ ਆਪਣੀਆਂ ਗਤੀਵਿਧੀਆਂ ਨੂੰ, ਆਪਣੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਘਰ ਬੈਠਿਆਂ ਵੀ ਉਹ ਦੇਖ ਸਕਣ। ਸਾਡੇ ਇੱਥੋਂ ਪੜ੍ਹ ਕੇ ਗਏ ਵਿਦਿਆਰਥੀ, ਪੁਰਾਣੇ ਅਲੂਮਨੀ, ਸਾਡੇ ਮਾਪੇ ਵਿਦਿਆਰਥੀਆਂ ਦੇ, ਜਾਂ ਹੋਰ ਸਾਰੇ ਜਿਹੜੇ ਸਾਡੇ ਇਸ ਮਾਸ਼ਰੇ 'ਚ ਰਹਿ ਰਹੇ ਵੱਖ ਵੱਖ ਤਰ੍ਹਾਂ ਦੇ ਲੋਕ, ਸਮਾਜ ਆ, ਉਹ ਅਸੈਸ ਕਰੇ ਵੀ ਖਾਲਸਾ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਗਰਾਮ, ਕਿਸ ਤਰ੍ਹਾਂ ਦੀ ਇਹਦਾ ਅਕੈਡਮਿਕ ਸਟੈਂਡਰਡ ਆ, ਵੀ ਉਹਨਾਂ ਕੋਲ ਇਹ ਸਾਰੀ ਜਾਣਕਾਰੀ ਇਸ ਵੈਬ ਟੀ ਵੀ ਰਾਹੀਂ ਜਾਏਗੀ ਔਰ ਬਹੁਤ ਕੋਈ ਸਾਨੂੰ ਉਹਨਾਂ ਤੋਂ ਫੀਡਬੈਕ ਮਿਲੇਗੀ। ਇਸ ਕਰਕੇ ਮੈਂ ਸਮਝਦਾ ਵੀ ਇਹ ਅੱਜ ਕੱਲ੍ਹ ਦੀ ਲੇਟੈਸਟ ਜਿਹੜੀ ਟੈਕਨੋਲੋਜੀ ਆ ਉਹਦਾ ਯੂਜ਼ ਕਰਨਾ, ਉਹਦੀ ਵਰਤੋਂ ਰਾਹੀਂ ਦਰਸ਼ਕਾਂ ਨਾਲ ਜੁੜਨਾ, ਪਾਠਕਾਂ ਨਾਲ ਜੁੜਨਾ, ਇਹ ਸਮੇਂ ਦੀ ਬਹੁਤ ਵੱਡੀ ਲੋੜ ਆ। ਕਿਉਂਕਿ ਜੇ ਅਸੀਂ ਲੇਟੈਸਟ ਟੈਕਨੋਲੋਜੀ ਨਾਲ ਨਹੀਂ ਜੁੜਦੇ, ਵੱਖ ਵੱਖ ਤਰ੍ਹਾਂ ਦੇ ਇਹ ਸਾਰੇ ਮਈਅਰ ਅਸੀਂ ਨਹੀਂ ਅਪਣਾਉਂਦੇ ਤਾਂ ਸਮਝੋ ਅਸੀਂ ਸਮੇਂ ਤੋਂ ਪਿੱਛੇ ਰਹਿ ਜਾਵਾਂਗੇ। ਖਾਸ ਕਰਕੇ ਜਦੋਂ ਕੋਵਿਡ-19 ਦੇ ਅੰਦਰ ਵੀ ਜਿਹੜਾ ਲੋਕਡਾਊਨ ਆ, ਜਾਂ ਜਦੋਂ ਅਸੀਂ ਇਹ ਨਾਰਾ ਸਲੋਗਨ ਆ ਵੀ ਵਰਕ ਐਟ ਹੋਮ, ਮਤਲਬ ਵਿਦਿਆਰਥੀ ਵੀ ਘਰ ਬੈਠਾ ਆਪਣੀ ਪੜ੍ਹਾਈ ਕਰੇ, ਟੀਚਰ ਘਰ ਬੈਠਾ ਪੜ੍ਹਾਈ ਨਾਲ ਜੁੜਿਆ ਰਹੇ, ਵਿਦਿਆਰਥੀਆਂ ਨੂੰ ਔਨਲਾਈਨ ਪੜ੍ਹਾਈ ਕਰਾਏ, ਔਰ ਉਹਦੇ 'ਚੋਂ ਜਿਹੜੀ ਸਾਂਝੇ ਰੂਪ 'ਚ ਇੱਕ ਜਿਹੜਾ ਵੈਬ ਟੀ ਵੀ ਨਿਕਲੇਗਾ ਉਹਦੇ ਵਿੱਚੋਂ ਸਾਨੂੰ ਬਹੁਤ ਸਾਰੀਆਂ ਸਾਡੇ ਟੀਚਰਾਂ ਦੀਆਂ ਗਤੀਵਿਧੀਆਂ ਵੀ ਬੱਚਿਆਂ ਤੱਕ ਜਾਣਗੀਆਂ ਔਰ ਬੱਚਿਆਂ ਦੀ ਇਨਕੁਆਇਰੀਜ਼, ਉਹਨਾਂ ਦੇ ਸਵਾਲ, ਉਹਨਾਂ ਦੇ ਹੋਰ ਜਿਹੜੀ ਫੀਡਬੈਕ ਆ ਉਹ ਵੀ ਸਾਡੇ ਕੋਲ ਆਏਗੀ। ਕਿਉਂਕਿ ਇਕੱਲਾ ਕੋਈ ਵੱਡਾ ਨਹੀਂ ਹੁੰਦਾ, ਸੰਗਤ ਵੱਡੀ ਹੁੰਦੀ ਹੈ, ਅਤੇ ਜਦੋਂ ਸੰਗਤੀ ਰੂਪ 'ਚ ਸੁਝਾਅ ਆਉਣਗੇ ਅਸੀਂ ਆਪਣੇ ਆਪ ਨੂੰ ਹੋਰ ਅੱਗੇ ਲਿਜਾਵਾਂਗੇ ਆਪਣੇ ਪੂਰੇ ਪੰਜਾਬੀ ਸਮਾਜ, ਸਿੱਖ ਕੌਮ ਦੇ ਵਿੱਚ ਇਹਨਾਂ ਅਦਾਰਿਆਂ ਦਾ ਹੋਰ ਮਤਲਬ ਮਿਆਰ ਉੱਚਾ ਕਰਾਂਗੇ। ਇਸ ਕਰਕੇ ਇਹ ਪਹਿਲਾਂ ਵੀ ਅਸੀਂ ਸਾਡੀ ਮੈਨੇਜਮੈਂਟ ਗਵਰਨਿੰਗ ਕੌਂਸਲ ਸਦਾ ਹੀ ਜਿਹੜੀ ਸਮੇਂ ਦੇ ਨਾਲ, ਈਵਨ ਸਮੇਂ ਤੋਂ ਵੀ ਅੱਗੇ ਜਿਹੜੀ ਵੀ ਕਿਤੇ ਕੋਈ ਨਵੀਂ ਤਕਨੀਕ ਟੈਕਨੋਲੋਜੀ ਆਉਂਦੀ ਆ ਅਸੀਂ ਉਹ ਅਡੋਪਟ ਕਰਦੇ ਰਹੇ ਹਾਂ, ਭਾਵੇਂ ਈ ਗਵਰਨਸ ਹੋਵੇ, ਭਾਵੇਂ ਔਨਲਾਈਨ ਐਡਮਿਸ਼ਨ ਹੋਵੇ, ਭਾਵੇਂ ਔਨਲਾਈਨ ਇਹ ਸਾਰਾ ਮਤਲਬ ਫੀਸ ਜਮ੍ਹਾਂ ਕਰਨ ਦੀ ਗੱਲ ਹੋਵੇ ਜਾਂ ਲੈਕਚਰ ਪਾਉਣ ਦੀ ਗੱਲ ਹੋਵੇ। ਇਸ ਕਰਕੇ ਸਾਡਾ ਆਪਣਾ ਇਹ ਖਾਲਸਾ ਕਾਲਜ ਦਾ ਕੈਂਪਸ ਕੋਈ 400 ਏਕੜ 'ਚ ਕੈਂਪਸ ਆ, ਇਹਦੇ ਵਿੱਚ ਸਾਡਾ ਬਹੁਤ ਮਜੈਸਟਿਕ ਪੁਰਾਣਾ ਡਿਪਾਰਟਮੈਂਟ ਐਗਰੀਕਲਚਰ ਆ। ਇਹ ਅੱਜ ਉਸ ਕਿਸਮ ਦਾ ਐਗਰੀਕਲਚਰ ਡਿਪਾਰਟਮੈਂਟ ਨਹੀਂ ਜੋ ਅੱਜ ਤੋਂ 20 ਸਾਲ ਪਹਿਲਾਂ ਸੀ ਜਾਂ 10 ਸਾਲ ਪਹਿਲਾਂ। ਅਸੀਂ ਇਹਦੇ 'ਚ ਵੀ ਬਹੁਤ ਕੁਝ ਨਵਾਂ ਕੀਤਾ, ਉਹ ਸਾਰੀ ਜਾਣਕਾਰੀ ਵੀ ਸਾਨੂੰ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮਿਲੇਗੀ। ਮੇਰਾ ਦੇਖ ਰਹੇ ਸਰੋਤਿਆਂ ਨੂੰ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।